ਜ਼ਰੂਰੀ ਹੈ। ਹਾਂਜੀ, ਸਾਰੇ ਸਿੱਖ ਅੱਜ ਦਿੱਲੀ ਦੇ ਜਿਹੜੇ ਨੇ ਭਾਜਪਾ ਨੂੰ ਸਮਰਥਨ ਦੇ ਰਹੇ। ਹਾਂ ਠੀਕ ਹੈ, ਹਾਂ ਕੋਈ ਸਿੱਖ ਕੈਂਡੀਡੇਟ ਕਿਉਂ ਨੀ ਖੜਾ ਕੀਤਾ? ਅੱਜ ਸਲਾਹਾਂ ਸਾਰੇ ਕਰ ਰਹੇ ਨੇ, ਦਿੱਲੀ ਕਮੇਟੀ ਵੀ ਕਰ ਰਹੀ ਹੈ, ਅੱਜ ਤੁਸੀਂ ਵੀ ਆ ਕੇ ਉੱਥੇ ਕਰਨ ਕਿ ਬੀਜੇਪੀ ਨੂੰ ਵੋਟ ਪਾਇਆ। ਮੇਰੀ ਗੱਲ ਸੁਣੋ, ਸਵਾਲ ਸਮਝੋ ਪਹਿਲੇ ਯਾਰ ਸਾਹਿਬ, ਤੁਹਾਡਾ ਮੁੱਦਾ ਸਹੀ ਹੈ, ਕਾਂਗਰਸ ਆਮ ਆਦਮੀ ਪਾਰਟੀ ਇਕੱਠੀ। ਮੇਰੀ ਗੱਲ ਸੁਣੋ, ਯਾਰ ਮੇਰੀ ਗੱਲ ਸੁਣੋ, ਸਾਹ ਰਵਿੰਦਰ ਸਿੰਘ ਜੀ ਤੁਸੀਂ ਕਹਿੰਦੇ ਹੋ ਸਲਾਹਕਾਰ ਕਰ ਰਹੇ ਨੇ ਦਿੱਲੀ ਗੁਰਦੁਆਰਾ ਕਮਾਨ, ਇਹ ਲੜਾਈ ਜਿਹੜੀ ਹੈ ਨਾ, ਮੈਂ 84 ਦੀ ਲੜ ਰਿਹਾ ਅੱਜ 40 ਸਾਲ ਤੋਂ, ਔਰ ਮੈਂ ਇਸ ਵਾਸਤੇ ਇੱਥੇ ਆਇਆ ਕਹਿਣ ਵਾਸਤੇ ਕਿ ਅੱਜ ਦਾ ਸਿੱਖ ਕਹਿੰਦਾ ਕਿ ਮੈਂ ਜੀ ਵੋਟ ਨੂੰ ਪਾਵਾਂਗਾ ਕਾਂਗਰਸ ਨੂੰ, ਆਪ ਨੂੰ ਪਾਵਾਂਗਾ। ਕੋਈ ਕੈਂਡੀਡੇਟ ਆਪਣਾ ਹੋਊਗਾ, ਆਵਾਜ਼ ਜਲਦੀ ਚੱਕੂਗਾ, ਜਿਹੜੇ ਬਾਹਰ ਨੇ ਜੋ ਜਲਦੀ ਅੰਦਰ ਕਦੀ ਹੋਣਗੇ। ਮੈਂ ਕਰਨਾ ਗੱਲ ਤੇ ਤੁਸੀਂ ਕਰਨੀ ਆ ਨਾ? ਨਹੀਂ ਹੁਣ ਜਦ ਵਕਤ ਨਿਕਲ ਗਿਆ, ਹੁਣ ਮੈਂ ਗੱਲ ਕਰਨੀ ਹੈਗੀ, ਉਹਨਾਂ ਨੂੰ ਪਤਾ ਨੀ ਜਿਹੜੇ ਇਸ ਟਾਈਮ ਮੌਜੂਦ ਹੈਗੇ ਦਿੱਲੀ ਗੁਰਦੁਆਰਾ ਕਮੇਟੀ ਤੇ, ਜਾਂ ਜਿਹੜੇ ਅਕਾਲੀ ਬੀਜੇਪੀ ਦੇ ਹੋ ਕੇ ਗੱਲ ਕਰਨੀ ਚਾਹੀਦੀ ਸੀ ਨਾ ਜੀ, ਅਸਾਂ ਜੀ ਸਿੱਖਾਂ ਨੂੰ ਇਕੱਠੇ ਹੋ ਕੇ ਗੱਲ ਕਰਨੀ। ਮੇਰੀ ਜਿਤਨੀ ਔਕਾਤ ਹੈਗੀ ਹੈ, ਮੈਂ ਔਕਾਤ ਕਹਿ ਰਿਹਾ, ਮੇਰੀ ਜਿਤਨੀ ਔਕਾਤ ਹੈ ਮੈਂ ਕਰਦਾ ਪਿਆ,